ਲਈ ਨਾਮੀਆ ਮਿਰਦਾ ਨੇ ਜਿੱਤਿਆ ਇੰਡੀਆ ਸੁਪਰ ਮਾਡਲ 2023 ਮਿਸ ਬਿਊਟੀਫੁਲ ਸਮਾਈਲ ਦਾ ਖਿਤਾਬ। ਟਿੱਬੀ ਸਾਹਿਬ ਰੋਡ ਦੇ ਰਹਿਣ ਵਾਲੇ ਸੰਜੀਵ ਕੁਮਾਰ ਮਿਰਦਾ ਦੀ ਪੁੱਤਰੀ ਨਾਮੀਆ ਮਿਰਦਾ ਨੇ ਨੋਇਡਾ ਫਿਲਮ ਸਿਟੀ ਵਿਖੇ ਹੋਏ ਮਿਸ ਇੰਡੀਆ ਸੁਪਰ ਮਾਡਲ ਮੁਕਾਬਲੇ 2023 ਵਿੱਚ ਭਾਗ ਲੈ ਕੇ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕੀਤਾ। ਇੰਨਾ ਹੀ ਨਹੀਂ, ਇਸ ਮੁਕਾਬਲੇ 'ਚ ਨਾਮੀਆ ਨੂੰ ਮਿਸ ਬਿਊਟੀਫੁਲ ਸਮਾਈਲ ਇੰਡੀਆ ਦਾ ਖਿਤਾਬ ਵੀ ਮਿਲਿਆ ਹੈ। ਅਦਾਕਾਰਾ ਨੇਹਾ ਦੂਪੀਆ, ਪ੍ਰਿੰਸ ਨਰੂਲਾ ਅਤੇ ਮਸ਼ਹੂਰ ਮੇਕਅਪ ਆਰਟਿਸਟ ਭੂਮਿਕਾ ਬਹਿਲ ਇਸ ਮੁਕਾਬਲੇ ਵਿਚ ਜੱਜ ਸਨ। ਇਸ ਸ਼ੋਅ ਦਾ ਆਯੋਜਨ ਡਰੀਮ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਸ਼ਰਦ ਚੌਧਰੀ ਨੇ ਕੀਤਾ ਸੀ, ਜਿਸ ਵਿਚ ਮਾਡਲਿੰਗ ਮੁਕਾਬਲੇ ਵਿਚ ਭਾਰਤ ਭਰ ਤੋਂ ਵੱਡੀ ਗਿਣਤੀ ਵਿਚ ਲੜਕੀਆਂ ਨੇ ਭਾਗ ਲਿਆ। ਇਸ ਵਿਚ ਡੇਰਾ ਭਾਈ ਮਸਤਾਨ ਸਿੰਘ ਦੀ ਪਲੱਸ ਟੂ ਦੀ ਵਿਦਿਆਰਥਣ ਨਾਮੀਆ ਮਿਰਦਾ ਨੂੰ ਮਿਸ ਬਿਊਟੀਫੁਲ ਸਮਾਈਲ ਇੰਡੀਆ ਚੁਣਿਆ ਗਿਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ। ਮਿੱਡਾ ਕਿਲ ਪਲੱਸ ਪੜ੍ਹਦੇ ਹੋ? ਮੈਂ ਬੀ 12th ਸਟੈਂਡਰਡ ਮੇ ਪੜ੍ਹਦੀ ਹੂੰ। ਤੁਸੀਂ ਕੁਆਲੀਫਾਈ ਕੀਤਾ ਹੈ ਜਿਹੜਾ ਸਮਾਈਲ ਕੰਪੀਟੀਸ਼ਨ ਦੇ ਵਿੱਚ, ਕਿਸ ਤਰ੍ਹਾਂ ਲੱਗਿਆ ਇੰਡੀਆ ਸਮਾਈਲ ਕੰਪੀਟੀਸ਼ਨ? ਨਹੀਂ, ਇਹ ਇੰਡੀਆ ਮਿਸ ਇੰਡੀਆ ਸੁਪਰ ਮਾਡਲ 2023 ਕਾ ਕੰਪੀਟੀਸ਼ਨ ਥਾ, ਜਿਸ ਮੇ ਮੁਝੇ ਮਿਸ ਬਿਊਟੀਫੁਲ ਸਮਾਈਲ ਕਾ ਟਾਈਟਲ ਮਿਲਾ ਹੈ। एंड बहुत अच्छा लग रहा है, बहुत न्यू एक्सपीरियंस है मेरे लिए ये इधर, मतलब इस मतलब फील्ड में जीतना, तो बहुत खुशी मिल रही है। माइंड किस तरह है अभी तुसी इस लाइन दे तरफ जाना, इस कॉन्टेस्ट दे विच पार्टिसिपेट कर? मैंने लास्ट ईयर भी पार्टिसिपेट किया था एक मॉडलिंग इवेंट में ही, जहाँ पे मुझे एज अ रनर अप अवार्ड दिया गया था। आफ्टर दैट मैं थोड़ी देर रुक गई थी, बट मेरे पेरेंट्स ने कहा कि तू ट्राई कर, कि तेरे में टैलेंट है, तू कर सकती है। तो फिर मैंने इस बार दोबारा ट्राई किया, मैं लास्ट मंथ से प्रैक्टिस कर रही थी, तो अब ये वाली मतलब नोएडा फिल्म सिटी वाले में मैंने पार्टिसिपेट किया था। ਕੀ ਕਹਿਣਾ ਚਾਹੋਗੇ ਜਿਹੜਾ ਬੇਟੀ ਨੇ ਐਡਾ ਵੱਡਾ ਖਿਤਾਬ ਜਿੱਤਿਆ? ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਕਿ ਮੇਰਾ ਬੱਚਾ ਬਹੁਤ ਵਧੀਆ ਆਪਦੇ ਦਮ ਤੇ ਆਪਦੇ ਕੰਫੀਡੈਂਸ ਨਾਲ ਗਰੋਥ ਕਰ ਰਿਹਾ ਹੈ। ਇਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ ਔਰ ਮੈਂ ਚਾਹੁੰਦਾ ਕਿ ਮੇਰਾ ਬੱਚਾ ਇਦਾਂ ਹੀ ਆਪਦੇ ਸੋਚ ਮੁਤਾਬਕ ਅੱਗੇ ਵੱਧਦਾ ਜਾਵੇ। ਇਸ ਤਰ੍ਹਾਂ ਲੱਗ ਰਿਹਾ ਬੇਟੀ ਨੇ ਇਨਾਮ ਜਿੱਤਿਆ ਜੋ ਇੰਡੀਆਜ਼ ਸਮਾਈਲ ਕੰਟੈਸਟ ਸੀ, अगर मैं सच दसा जो बहुत छोटी सी, करीब ਲਗਾ ਲਓ ਸੈਕਿੰਡ ਜਾਂ ਥਰਡ ਕਲਾਸ ਸੀ, ਉਦੋਂ ਤੋਂ ਹੀ ਇਹਦੇ 'ਚ ਕੀ ਸੀ ਕਿ ਖੁਦ ਦੀ ਕੌਮਿੰਗ ਕਰਕੇ ਆਪਣੇ ਆਪ ਜਾਣਾ, ਆਪਣਾ ਕੰਮ ਖੁਦ ਕਰਨਾ। ਮੈਂ ਇਹਨਾਂ ਨੂੰ ਹੱਸਦੀ ਹੁੰਦੀ ਸੀ, ਮੈਂ ਕਿਹਾ ਕੁੜੀਆਂ ਇੰਨੀ ਛੋਟੀ ਉਮਰ 'ਚ ਆਪਣਾ ਕੰਮ ਕਰ ਰਹੀ ਹੈ, ਵੀ ਪਤਾ ਨਹੀਂ ਇਹ ਅਲੱਗ ਜਿਹਾ ਬੱਚੇ ਹੈ। ਅਤੇ ਮਤਲਬ ਸਭ ਕੁਛ ਦੇਖ ਰਿਹਾ ਸੀ, ਡਰਾਇੰਗ ਤਾਂ ਇੰਨੀ ਅੱਛੀ, ਕਿਸੇ ਦੀ ਵੀ ਪਿਕ ਬਣਾ ਲਏਗੀ, ਡਾਂਸ 'ਚ ਵੀ ਅੱਛੀ, ਹਰ ਕੰਪੀਟੀਸ਼ਨ 'ਚ ਅੱਗੇ ਆਉਣਾ, ਸਪੋਰਟਸ ਤੱਕ ਵੀ ਖੇਲੀ ਹੋਈ ਹੈ। ਸੋ ਪਤਾ ਨਹੀਂ ਕੁਛ ਲੱਗਦਾ ਸੀ ਕਿ ਕੁਛ ਹੈ ਇਹਦੇ ਵਿੱਚ, ਤੇ ਉਹ ਅੱਜ ਆਪਾਂ ਸਭ ਨੂੰ ਦਿਖ ਵੀ ਰਿਹਾ।